इंदगढ़ झिड़ी दे मेले ते भाई देख सकदे अपने कोल लखी भाई आएगा गल बात कर देंगे अपने बकरे लेके भाई अच्छी कर जी किवें लखी बहुत वधिया भाई मैं साहब ठीक ठाक हां किवें सेहता किवें ने हुण तां सेहत ठीक है भाई अच्छा की हो गया सीगा मैं सुनया वी ज्यादा डाउन हो गया सीगा अच्छा मरने ही बच गया जी ठीक है जी की लेके आए भाई अज किन्ने बकरे बकरियां लेके आए अज भाई बकरियां दा लेके आए 50 55 दे घर अच्छा बकरे ते बकरे लगभग है गई भाई 3-4 ए भी देख सकदे सारियां बकरियां लेके आया भाई अपनियां ओरे सारियां ब्रीड दिखाउने आ के पहला बकरा दिखा चल केड़ा दिखाएगा पहला पहले तो जी मोडी खड़ा दिखाना चाहिए दिखा मोड दिखा दे भाई ले भी आया ए लक्की दे बकरे नु भाई सारी जान देने लगभग चैंपियन बकरा भाई देख सकदे होगे पूरा बढ़िया क्वालिटी दे विच हैगा 10 लक्की बोल हाँ जी भाई बाकी तुसीं देख सकदे हो ना हाँ जी ये अज लगभग तीजा मेला ते हो गया भाई दा बकरे दा अपने दा ते हजे भी आपां इहदी ਜਿਵੇਂ ਕਿ ਸਾਂਭ ਕਰਦੇ ਆ ਹਨਾ ਹਰ ਬੰਦੇ ਨੂੰ ਸਾਂਭ ਕਰਨੀ ਚਾਹੀਦੀ ਹੈ ਨਾ ਸ਼ੌਂਕ ਵਧਾਉਣਾ ਚਾਹੀਦਾ ਸਹੀ ਗੱਲ ਖੁਰਾਕ ਕਿੰਨੀ ਕਾ ਬਈ ਇਹਦੀ ਖੁਰਾਕ ਤਾਂ ਮਾੜੇ ਘਰ ਜਿੰਨੀ ਤਾਂ ਖੁਰਾਕ ਆਪਣੇ ਬੱਕਰੇ ਸੀ ਅੱਛਾ ਸਹੀ ਗੱਲ ਆ ਬਈ ਦੇਖ ਮੋਟੀ ਹੱਡੀ ਦਾ ਬਈ ਮੈਨੂੰ ਲੱਗਦਾ ਹੋਊਗਾ 1.25 ਕੁਇੰਟਲ ਦਾ ਨਾ ਬੱਕਰਾ ਕੁਆਂਟਲ ਤੋਂ ਪਾਰ ਆ ਤਿੰਨੇ ਨੇ ਇੱਕ ਨਹੀਂ ਹੈਗਾ ਇਹ ਵੀ ਤਿੰਨੇ ਲੈ ਵੀ ਕਾ ਦਿਖਾ ਦੇ ਬਈ ਇਹ ਹੈਗਾ ਇਹਦੀ ਨੇ ਸਾਰੇ ਇਹਦੇ ਨੌ ਤਾਂ ਅਸੀਂ ਤਾਂ ਅਮਲੀ ਰੱਖੇ ਆ ਇਹਦੀ ਨੇ ਸਾਰੇ ਇਹ ਹਾਂ ਹੈਗੇ ਤਾਂ ਇਹਦੀ ਨੇ ਲੈ ਵੀ ਦਿਖਾ ਬਈ ਆ ਵੀ ਦਿਖਾ ਦੇ
ਰੱਖਦਾ ਬਾਈ ਇਹ ਹੈਗਾ ਵੀ ਮੇਰੇ ਤੇ ਹੀ ਆ ਤੇਰੇ ਤੇ ਨਾ ਬਾਈ ਇਹ ਬੋਲਦਾ ਹਾਂ ਨਾ ਕੋਈ ਲੈਣਾ ਦੇਣਾ ਤੇ ਜਾਂ ਗੁੱਡੀ ਦਾ ਵਿਆਹ ਜਾਂ ਮੰਨ ਕੇ ਚੱਲ ਧਰਿਆ ਨਾ ਇਹ ਨਿਆਣਾ ਜਿਹਾ ਸੀ ਉਹ ਜਾਣੀ ਕਿ ਜਮਾਨੀ ਚ ਪੈਰ ਧਰਦਾ ਸੀ ਅੱਛਾ ਤੇ ਮੈਂ ਕਿਹਾ ਵੀ ਚੱਲ ਦੋ ਬੱਕਰੇ ਸੀ ਮੈਂ ਕਿਹਾ ਦੋਨਾਂ ਦੇ ਵਿੱਚੋਂ ਵੀ ਇੱਕ ਬੱਕਰਾ ਜਾਣੀ ਕਿ ਥੋੜ੍ਹਾ ਜਿਹਾ ਬਲੱਡ ਲੈਣ ਦੇ ਵਿੱਚੋਂ ਉਹ ਸੀਗਾ ਇਹ ਪਿਓਰ ਦੇ ਵਿੱਚੋਂ ਸੀ ਇਹਦੇ ਮੈਂ ਕੰਨ ਵੱਢਤੇ ਦੂਜੀ ਵਾਰ ਮੰਨ ਕੇ ਚਲੋ ਉਹਨਾਂ ਦਾ ਵਿੱਚ ਕੋਈ ਮਾੜਾ ਮੋਟਾ ਕੰਮ ਹੋ ਗਿਆ ਫਰਕ ਪੈ ਗਿਆ ਤੇ ਉਹ ਬੰਦੇ ਨੇ ਦੁਬਾਰੇ ਮੰਨ ਕੇ ਚਲੋ ਜੀ ਬੱਕਰਾ ਕਹਿੰਦਾ ਲੱਖੀ ਬਾਈ ਵੀ ਦੁਬਾਰੇ ਬੱਕਰਾ ਜੇ ਛੱਡੂਗਾ ਮੈਂ ਤੇਰੇ ਕੋਲ ਛੱਡੂ ਹੁਣ ਮੈਂ ਹੀ ਦੁਬਾਰੇ ਵੇਚਣ ਠੀਕ ਆ ਹੁਣ ਕੋਈ ਵੀ ਚਾਹ ਇਹਦਾ ਹੁਣ ਮੰਨ ਕੇ ਚਲੋ ਵੀ ਛੇ ਦੰਦ ਪੂਰੇ ਹੋ ਗਏ ਛੇ ਦੰਦ ਹੋ ਗਏ ਬਾਈ ਪੂਰੇ ਨਾ ਬੱਕਰਾ ਲੈ ਵੀ ਦੇਖ ਸਕਦਾ ਹੁਣ ਅਗਲਾ ਬੱਕਰਾ ਦੇਖਾ ਤੀਜਾ ਬੱਕਰਾ ਲੈ ਵੀ ਤੀਜਾ ਬੱਕਰਾ ਦਿਖਾਉਣਾ ਤੁਹਾਨੂੰ ਇਹਨੂੰ ਤਾਂ ਦੁਨੀਆ ਜਾਣਦੀ ਕੀ ਨਾਮ ਇਹਦਾ ਬਾਈ ਇਹ ਸੋਨੂੰ ਲੈ ਵੀ ਇਹ ਸੋਨੂੰ ਆ ਗਿਆ ਹੈ ਇਹ ਕਿੰਨੇ ਦੰਦ ਹੋ ਗਿਆ ਇਹ ਵੀ ਹੋ ਗਿਆ ਹੋਊਗਾ ਹੁਣ ਤਾਂ ਪਹਿਲਾਂ ਚਾਰ ਛੇ ਹੋ ਗਏ ਛੇ ਹੈ ਵੀ ਹਨਾ ਛੇ ਹੋ ਗਏ ਇਹ ਵੀ ਛੇ ਦੰਦ ਆ ਬਾਈ ਦੇਖ ਸਕਦੇ ਨਾ ਬੱਕਰਾ ਇਹ ਵੀ ਚੰਗਾ ਬੱਕਰਾ ਬਾਈ ਇਹ ਉਹਦੇ ਪੁੱਤਾ ਵੱਡੇ ਦਾ ਇਹ ਵੱਡੇ ਦਾ ਨਹੀਂ ਬੜੇ ਦੇ ਹਜੇ ਹੋਰ ਕੱਦ ਕਰ ਜਾਣਾ ਹਜੇ ਹੋਰ ਕੱਦ ਕਰ ਜਾਣਾ ਹੁਣ ਹੈਗਾ ਬਾਈ ਜੀ ਇਹ ਲਗਭਗ 42-43 ਇੰਚ ਹਨ ਹਾਂਜੀ 42 ਇੰਚ ਦਾ ਹੈਗਾ ਬਾਈ ਬੱਕਰਾ ਦੇਖ ਸਕਦੇ ਹੋ ਇਹ ਵਧੀਆ ਕੁਆਲਿਟੀ ਦੇ ਵਿੱਚ ਆ ਅਗਲਾ ਲਿਆਈ ਬਾਈ ਲਿਆ ਵੀ ਲੈ ਵੀ ਤੁਹਾਨੂੰ ਅਗਲਾ ਦਿਖਾਉਣੇ ਆਗੇ ਆ ਇਹ ਬਾਈ ਦੱਸ ਇਹਦੇ ਬਾਰੇ ਲੱਖੀ ਇਹ ਬੱਚਿਆਂ 'ਚ ਆ ਗਏ ਅੱਛਾ ਇਹ ਬੱਚਿਆਂ 'ਚ ਆ ਗਏ ਇਹ ਕਿੰਨੇ ਦੰਦ ਹੋ ਗਿਆ ਲੈ ਵੀ ਦੁੱਗਾ ਹੀ ਆ ਹਜੇ ਚੌਗੇ ਚੈੱਕ ਰਿਹਾ ਚੌਗੇ ਦੇ ਬੱਕਰਾ ਦੇਖ ਸਕਦੇ ਹੋ ਨਾ ਕੁਆਲਿਟੀ ਪੱਖੋਂ ਇੱਕ ਨੰਬਰ ਆ ਜੈੱਡ ਬਲੈਕ ਦੇ ਵਿੱਚ ਆ ਵੀ ਬੱਕਰਾ ਇਹ ਵੀ ਚੰਗਾ ਹਨਾ ਦੇਖ ਸਕਦੇ ਹੋ ਹੋਰ ਕੁਝ ਲੱਖੀ ਇਹਦੇ ਬਾਰੇ ਵਧੀਆ ਬੱਚਾ ਜੀ ਵਧੀਆ ਬੱਚਾ ਹਾਂ ਵਧੀਆ ਲੈ ਬੱਕਰੀਆਂ ਦਿਖਾ ਚੱਲ ਫਿਰ ਹੁਣ ਲੈ ਵੀ ਇਹ ਕੀ ਆ ਇਹ ਪੱਠ ਆ ਗਈ ਪੱਠ ਆ ਗਈ ਕਿੰਨੇ ਦੰਦ ਹੋ ਗਈ ਦੁੱਗੀ ਹੋ ਗਈ ਇਹ ਵੀ ਦੁੱਗੀ ਹੋ ਗਈ ਲੈ ਵੀ ਪੱਠ ਦਿਖਾਉਣਾ ਤੁਹਾਨੂੰ ਕਿਹੜਾ ਰੰਗ ਕਿਹੜਾ ਆ ਗਿਆ ਵੀ ਇਹ ਇਹ ਅਸਲ ਨਾਗਰਾ ਅਸਲ ਨਾਗਰਾ ਅਸਲ ਅਸਲ ਜਿਹੜਾ ਨਾਗਰਾ ਮੰਨ ਕੇ ਕਿਹਾ ਜਾਂਦਾ ਆਪਣੇ ਨਾ ਉਹ ਪਾਕਿਸਤਾਨ ਦੇ ਵਿੱਚ ਕਹਿੰਦੇ ਲੱਤਾਂ ਤੋਂ ਉਹ ਜਾਣੀ ਕਿ ਪਿਓਰੇ ਕਿਹਾ ਜਾਂਦਾ ਇਹਨੂੰ ਲੋਹੀ ਵੀ ਕਿਹਾ ਜਾਂਦਾ ਪੱਕੀ ਲੋਹੀ ਠੀਕ ਆ ਅਸਲ ਲੋਹੀ ਆ ਗਈ ਪੱਕੀ ਲੋਹੀ ਕਿਹਾ ਜਾਂਦਾ ਲੋਹੀ ਅਸਲ ਤਾਂ ਜਾਣੀ ਵਿੱਚ ਨੂੰ ਇਹਨੂੰ ਪਹਿਲਾਂ ਕਿ ਨਾਗਰੀ ਕਹਿ ਕੇ ਰਹੇ ਨਾਗਰੀ ਠੀਕ ਆ ਹੁਣ ਇਹਨੂੰ ਪੱਕੀ ਲੋਹੀ ਕਹਿ ਲੋਹੀ ਜੋ ਮਰਜ਼ੀ ਕਹਿ ਲਓ ਲੈ ਵੀ ਦੇਖ ਸਕਦੇ ਨਾ ਕੁਆਲਿਟੀ ਪੱਕੋ ਇੱਕ ਨੰਬਰ ਆ ਬਈ ਕੰਨ ਕੁੰਨ ਚੈੱਕ ਕਰ ਲਓ ਬਾਈ ਪੱਟ ਦੇ ਹੋਰ ਫੜ ਲਓ ਬਈ ਮਗਰ ਦੀ ਮਗਰ ਮਿੱਤਰੋ
ਇਹ ਨਾਲ ਦਿਓ ਫੜ ਲੈ ਡੱਬੇ ਜੀ ਦੇਖ ਝੋਲਾ ਲਾਇਆ ਤੈਨੂੰ ਦੱਸ ਲੱਕੀ ਇਹਦੇ ਬਾਰੇ ਦੇਖ ਲਓ ਬਾਈ ਦੂਜਾ ਸੂਏ ਦਾ ਲੈ ਵੀ ਦੂਜੇ ਸੂਏ ਹੋ ਗਏ ਅੱਠ ਦੰਦ ਹੋ ਗਏ ਨਾ ਹਾਂ ਦੂਜੇ ਸੂਏ ਆ ਬਾਈ सही गल नक् क्वालिटी दिखा दे बी दे फिर क्वालिटी नक् नुक देख सकते भी पूरा कुंडा नक् भी कन्न कुन थोड़े सामने जमा लैबी जोड़ी लै भी जोड़ी है दस बी लखी सही गल इको जी आने ना दोनों देखो बी ए उची आ गई थोड़ी ना इतों चंगी क्वालिटी दे भी होर फड़ लिया भाई मगर मगर फड़ी चल फड़ लै कर दो साइड ते भाई लोहियां ही दिखाई पहला सारियां सारियां लोहियां चलन फिर कालियां चलन फिर उधर छेड़ियां दस लखी ए बारे बस भाई लोहिया ने ए भी ए मान के चल जिम्मे पाकिस्तान राची कही जाते राची जेडे आप कहने राची भी उधर भाई एक सिर्फ आप मेरे को कन्न कुछ नहीं तू बड़े कन्न वाली बकरियां या देसी बकरियां बखा के डब्बा जी बकरे सड़ सड़ के जो अमली बकरा सी ना वो यही चीज है अच्छा मैं बाद कहना कोई मेरे ना बंदा इन्हें कहे भी हैदराबादी ज होर मैं इदू भी बड़े कन्न बना लै भी दिखाई कन्न माड़े छड़ के लै भी कन्न कुन दिखा दे भाई देख सकते ना चंगी क्वालिटी के बिच ने तीन भैन ने उही ने गंगा जमुना सर अच्छा उही ने ठीक है सही गल सगी भैन काली काली लैदा दिखा होर लिया बई डब्बिया फड़ लिया होना बड़िया ही दिखा मैं लोही कालिया फड़ लिया डब्बिया फड़ लिया बई हाँ लोहियां ले चलो फिर कहो फिर शेरिया की जोड़ी दस लखी इन्हों बारे ये भी जी मन के चलो अपने शेरिया सौंक न रखी हुई ने ठीक है ये असल मैं जो चीनी आने लोग इन्होंने चीनी कहा जाता है चीनी हाँ लै भी मित्रों चीनी कहा जाता शेरी दिखावे थोन अभी दिखाने शेरिया ठीक है ये किन्ने किन्ने दंद अठ अठ हो गए हो ना अठ अठ ले भी अठ अठ दंद हो गए बी देख सकते हो ना किन्ने किन्ने सूए लै ले इन्हों तो इतना हो ही गया भाई मेरे हिसाब से खासी हो गया खासी हो गया बड़ी उम्र ले चुके तो ले लिया भाई हो रहा दूध कितना करना थले दूध बहुत बिचरा घंटा घंटा लीटर दूध चो है नहीं ले भी याद आ पढ़ ला भी कागी काली नहीं जोड़ी दस लखी ए बारे देख ले भी अठ दंद हो गई अठ अठ दंद हो गया भाई देख सकते ना काली बकरिया ਵਧੀਆ ਕੁਆਲਿਟੀ ਦੇ ਵਿੱਚ ਨੇ ਬਾਈ ਬੂਰ ਕਹਿੰਦੇ ਨੇ ਹੁਣ ਲਿਆ ਬਾਈ ਹੋਰ ਲਿਆ ਜੋੜੀ ਬੂਰ ਕਹਿੰਦੀਆਂ ਵੀ ਬੱਕ ਦੇ ਡੱਬਾ ਨੇ ਨੇ ਬੂਰ ਕਹਿੰਦੀਆਂ ਲੈ ਵੀ ਤੁਹਾਨੂੰ ਦਿਖਾਉਣਾ ਕਿ ਬੂਰ ਕੰਨੀਆਂ ਸਕੀਆਂ ਭੈਣਾ ਸਕੀਆਂ ਭੈਣਾ ਦੋ ਹੈ ਨਾ ਹਾਂਜੀ ਦੇਖ ਸਕਦੇ ਹੋ ਬਾਈ ਨਾ ਦਿਖਾ ਦੇ ਬੂ ਸਮਾਰ ਕੇ ਬਈ ਨੱਕ ਨਕੌੜਾ ਦੇਖ ਸਕਦੇ ਇਹਨਾਂ ਦਾ ਦਿਖਾ ਸਮਾਰ ਕੇ ਬਾਬਾ ਤੇ ਇੱਥੇ ਦਿਖਾ ਦੇ ਇੱਥੇ ਲੈ ਵੀ ਇੱਕੋ ਜਿਹੇ ਨੇ ਦੇਖ ਸਕਦੇ ਹੋ ਨਾ ਦੋਨੇ ਇਹ ਕਿੰਨੇ ਕਿੰਨੇ ਦੰਦ ਹੋ ਗਏ ਬਾਈ ਇਹ ਹੋ ਗਏ ਵੀਰੇ 6-6 ਦੰਦ 6-6 ਦੰਦ ਹੋ ਗਏ 4 ਮਿਲਣ ਸਹੀ ਹੋਏ ਹਾਂ ਸਹੀ ਹੋ ਠੀਕ ਹੈ 6 ਦੇ ਦੰਦ ਲੈ ਵੀ ਦੇਖ ਸਕਦੇ ਸੋਹਣੀਆਂ ਨੇ ਵੀ ਬਾਈ ਲੈ ਹੁਣ ਇੱਕ ਲਾਸਟ ਜੋੜੀ ਦਿਖਾਉਣਾ ਤੁਹਾਨੂੰ ਇੱਕ ਡੱਬੀਆਂ ਕਰੀ ਬਾਈ ਸਾਈਡ ਤੇ ਉਹਨਾਂ ਨੂੰ ਪਰਾਂ ਕਰਦੇ ਲੈ ਇੱਕ ਜੋੜੀ ਦਿਖਾ ਦੇ ਤੁਹਾਨੂੰ ਆਹ ਆ ਬੱਕਰੀ ਦੇਖੋ ਗਰਦਨ ਦਿਖਾ ਦੇ ਬੱਬੂ ਇਹਦੀ ਮੈਂ ਕਰਾਉਂ ਲੈ ਲੈ ਇਹਨੂੰ ਉਹਨੂੰ ਰਹਿਣ ਦੇ ਬਸ ਲੈ ਵੀ ਆਹ ਦੇਖ ਬੱਕਰੀ ਮੈਂ ਜਿੱਡੀ ਬੱਕਰੀ ਆ ਮੈਂ ਜਿੱਡੀ ਬੱਕਰੀ ਆ ਬਈ ਲੈਂਥ ਦੇਖ ਸਕਦੇ ਹੋਗੇ ਮੈਂ ਲੱਗਦਾ ਹੋਊਗੀ 5 ਫੁੱਟ ਦੀ ਲੈਂਥ ਹੋ ਰਹਾ ਹੁਣ ਵਾਲੇ ਦੀ ਆਮ ਨਹੀਂ ਹੋ ਸਹੀ ਗੱਲ ਆ ਬਈ ਗਰਦਨ ਦੇਖ ਗਰਦਨ ਦੇਖੋ ਬਈ ਦੋ ਗੱਠਾਂ ਦੀ ਤਾਂ ਗਰਦਨ ਆ ਗਈ ਨਾ ਨੱਕ ਨਕੌੜਾ ਦਿਖਾ ਦੇ ਬਈ ਕੰਨ ਕੁਣ ਦਿਖਾ ਦੇ ਬਈ ਖੜੀ ਵੀ ਆਰਾਮ ਨਾਲ ਆ ਗਈ ਸਾਰੀ ਦਿਖਾ ਦੇ ਬਬੂ ਇੱਕ ਵਾਰ ਸਮਾਰ ਕੇ ਘੋੜੀ ਮੂੰਹ ਚੱਕ ਕੇ ਰੱਖ ਰਹੀ ਹੈ ਸਾਰੀ ਲੈ ਲੈ ਇੱਕ ਵਾਰੀ ਬੱਕਰੀ ਮੂੰਹ ਦੇਖ ਕੇ ਡਾਣਾ ਬੱਕਰੀ ਦਾ ਦੱਸ ਲੱਗੀ ਦੇਖ ਲੈ ਘੋੜੀ ਕੰਨ ਕੀ ਕਰਦਣਾ ਦੀ ਪਹਿਲੇ ਡੱਬੀਆਂ ਵਿੱਚੋਂ ਬੱਕਰੀ ਪਹਿਲੀ ਡੱਬੀਆਂ ਚੋਂ ਇਹ ਹਾਂ ਇਹ ਡੱਬੀਆਂ ਅਸਲ ਜਿਹੜੇ ਬੱਕੇ ਚੱਲੀਆਂ ਇਹਨਾਂ ਦੇਖ ਕੰਨਾਂ ਤੋਂ ਪਤਾ ਲਾ ਜਾਂਦਾ ਬਈ ਠੀਕ ਆ ਜੇ ਹైదరాబాద్ ਦੇ ਹੁੰਦੇ ਨਾ ਹਾਂ ਇਹਦਾ ਪਤਾ ਹੀ ਲੱਗਦਾ ਇਹ ਗੁਲਾਬੀ ਹੋ ਜਾਂਦੀ ਕਾਲੀ ਚਮੜੀ ਦੇ ਵਿੱਚ ਆ ਬਈ ਦੇਖ ਸਕਦੇ ਹੋ ਚੰਗੀ ਬੱਕਰੀ ਆ ਹਨ ਹਾਂ ਬਾਕੀ ਤੁਹਾਡੇ ਸਾਹਮਣੇ ਬਈ ਕਿੰਨੇ ਸੂਏ ਲੈ ਲੈ ਬਈ ਇਹ ਤੋਂ ਬਈ ਲਗਭਗ 2 ਕਿ ਸੂਏ ਲੈ 2 ਕਿ ਸੂਏ ਲੈ ਨਾ ਦੁੱਧ ਕਿੰਨਾ ਕਾ ਦੁੱਧ ਵਧੀਆ ਬਈ ਹੈਗਾ 2.5 ਕਿਲੋ 2.5 ਕਿਲੋ ਇੱਕ ਟਾਈਮ ਦਾ ਠੀਕ ਆ ਹੁਣ ਤਾਂ ਗੱਬਣਾ ਜੀ ਲੈ ਵੀ ਲੱਖੀ ਬਾਈ ਦਾ ਨੰਬਰ ਦੇਵਾਂਗੇ ਆਪਾਂ ਸਕਰੀਨ ਦੇ ਉੱਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਹੋ ਜਾਂ ਕੋਈ ਵੀ ਬੱਚੇ ਖਰੀਦਣੇ ਹੋਣਗੇ ਤਾਂ ਤੁਸੀਂ ਸੰਪਰਕ ਕਰ ਲਓ ਲੱਖੀ ਨਾਲ ਠੀਕ ਹੈ ਲੱਖੀ ਬਾਈ ਧੰਨਵਾਦ ਕਰਦੇ ਹਾਂ ਬਾਈ ਠੀਕ ਹੈ ਬਾਈ ਧੰਨਵਾਦ ਜੀ ਲਓ ਜੀ ਬਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਸਬਸਕ੍ਰਾਈਬ ਧੰਨਵਾਦ।